ਵੇਖਣਾ ਸੱਪ ਚੱਲ ਰਾਜਸਥਾਨ ਬਣਿਆ ਅੰਦਰ ਹੋ ਗਿਆ ਆਪਣੇ ਗ੍ਰੇਵੀ ਵਾਲੇ ਮੋਮੋਸ ਗੁੱਡ ਮਾਰਨਿੰਗ ਗਾਇਸ ਕੀ ਹਾਲ ਚਾਲ ਠੀਰਾ ਸਾਰੇ ਰਾਈਟ ਨਾਓ ਅਸੀਂ ਹੈਗੇ ਜੀ ਮਨਾਲੀ ਕੱਲ੍ਹ ਜਿਹੜਾ ਰਾਤ ਨੂੰ ਆਪਾਂ ਚੰਦਰਤਾਲ ਤੋਂ ਮਨਾਲੀ ਆਏ ਨਾ ਯਾਰ ਇੰਨਾ ਕੁ ਖਤਰਨਾਕ ਰਸਤਾ ਸੀ ਤੁਸੀਂ ਪਿਛਲੇ ਵਜੇ ਦੇਖਿਆ ਹੋਊਗਾ ਮੈਂ ਕਦੀ ਵੀ ਕਿਸੇ ਨੂੰ ਸੁਜੈਸਟ ਨਹੀਂ ਕਰੂੰਗਾ ਕਿ ਤੁਸੀਂ ਰਾਤ ਦੇ ਟਾਈਮ ਚੰਦਰਤਾਲ ਤੋਂ ਮਨਾਲੀ ਨੂੰ ਆਓ ਚੰਦਰਤਾਲ ਤੋਂ ਮਨਾਲੀ ਜੇ ਤੁਸੀਂ ਆਉਣਾ ਵਾਪਸ ਤਾਂ ਦਿਨ ਟਾਈਮ ਆਇਓ ਰਾਤ ਟਾਈਮ ਕਦੀ ਨਾ ਆਇਓ ਉਹਦੇ ਚਲੋ ਸ਼ੁਕਰ ਹੈ ਕਿ ਸਾਡੇ ਕੋਲ ਦੋ ਗੱਡੀਆਂ ਸੀ ਇੱਕ ਥਾਰ ਸੀ ਇੱਕ ਸਕੋਰਪੀਓ ਸੀ ਚਲੋ ਅਸੀਂ ਆਰਾਮ ਨਾਲ ਆਉਂਦੇ ਗਏ ਹਾਂ 20 ਦੀ ਸਪੀਡ 'ਤੇ ਗੱਡੀ ਚੱਲਦੀ ਸੀ ਵਾਟਰ ਕਰੋਸਿੰਗਾਂ ਇੰਨੀਆਂ ਕੁ ਜ਼ਿਆਦਾ ਆਈਆਂ ਨੇ ਰਸਤੇ ਦੇ ਵਿੱਚ ਬੁਰਾ ਹਾਲ ਹੋ ਗਿਆ ਸੀ ਅਸੀਂ ਤਾਂ ਵਾਹਿਗੁਰੂ ਕਰਕੇ ਮਨਾਲੀ ਪਹੁੰਚੇ ਰਾਤ ਨੂੰ ਅਤੇ ਰਾਤ ਨੂੰ ਇੰਨਾ ਕੁ ਜ਼ਿਆਦਾ ਤੇਜ਼ ਮੀਂਹ ਸੀ ਨਾ ਮਨਾਲੀ 'ਚ ਅਤੇ ਹੁਣ ਵੀ ਲਾ ਲਓ ਕਿ ਮੌਸਮ ਖਰਾਬ ਹੀ ਚੱਲ ਰਿਹਾ ਵਾ ਵੈਲਕਮ ਬੈਕ ਟੂ ਚੰਨਗਾ ਗਾਇਸ ਆਈ ਹੋਪ ਯੂ ਆਰ ਕੈਂਡੋ ਇੱਕ ਕੰਮ ਵਧੀਆ ਹੋਇਆ ਕੱਲ੍ਹ ਸਾਨੂੰ ਰਾਤ ਨੂੰ ਨਾ ਅਸੀਂ 12 ਵਜੇ ਮਨਾਲੀ ਪਹੁੰਚੇ ਹਾਂ ਅਤੇ ਸਾਨੂੰ ਰੂਮ ਬੜੇ ਵਧੀਆ ਮਿਲ ਗਏ ਉਹ ਵੀ ਬੜੇ ਵਧੀਆ ਪ੍ਰਾਈਜ਼ ਤੁਸੀਂ ਲਾ ਲਓ ਕਿ ਇਸ ਰੂਮ ਦਾ ਪ੍ਰਾਈਜ਼ ਹੈਗਾ ਵਾ 1000 ਰੁਪੀਜ਼ ਦੋ ਬੈੱਡ ਲੱਗੇ ਹੋਏ ਆ ਉੱਧਰ ਬਹੁਤ ਜ਼ਿਆਦਾ ਹੁੰਦਾ ਵਾ ਰਿੱਕੀ ਭਾਈ ਦੇ ਵਾਗ ਵੀ ਹੋਟਲ ਵਾਲੇ ਤਾਂ ਕਰਕੇ ਸਾਨੂੰ ਦੋ ਰੂਮ 1000 ਰੁਪੀਜ਼ ਮਿਲੇ ਮਤਲਬ ਕਿ 1000 ਈਚ ਅਤੇ ਹੁਣ ਆਪਾਂ ਬਸ ਮਨਾਲੀ ਥੋੜ੍ਹਾ ਬਹੁਤ ਘੁੰਮ ਕੇ ਬ੍ਰੇਕਫਾਸਟ ਕਰਕੇ ਅਤੇ ਨਿਕਲ ਜਾਣਾ ਵਾ ਚੰਡੀਗੜ੍ਹ ਵੱਲ ਨੂੰ ਕੱਲ੍ਹ ਰਾਤ ਤੇ ਬੁਰੇ ਹਾਲ ਹੋ ਗਏ ਸੀ ਦੱਸਣਾ ਮੈਂ ਹੁੰਦਾ ਵਾ ਕਿ ਜਿਵੇਂ ਤੁਸੀਂ ਰਾਤੀ ਚਲੋ ਬੜਾ ਔਖਾ ਹੋਣਾ ਹੋਣਾ ਪਰ ਸਵੇਰੇ ਇੱਕ ਫਾਇਦਾ ਇੱਕ ਤੇ ਸੇਫ ਜੇ ਇੱਕ ਜਿਹੜਾ ਉੱਥੇ ਦਾ ਵਿਊ ਵੇਖਦਾ ਵਿਊ ਜ਼ਬਰਦਸਤ ਆ ਯਾਰ ਇਹ ਵਿਊ ਵੀ ਸਟਾਰ ਜੋ ਰਾਤ ਦਾ ਐਡਵੈਂਚਰ ਰਿਹਾ ਨਾ ਜ਼ਿੰਦਗੀ ਦਾ समान होवे खान पीन होवे सब कुछ होवे तुहाडे कोल फिर ओह रस्ते बाई चांस रब ना करे गड्डी स्टक हो जांदी है किते तां तुसीं खा सकदे हो किते रह सकदे हो ना किसे ने आउणा वा सही गल ना आगे कोई गड्डी आउंदी आ पूरी रात सिर्फ सानू दो तीन गड्डियां लोकल मिलियां ते इक सानू रस्ते च ओह मिली ही ट्रैवलर ओह भी बंद पई ही खाली ही ओह भी शायद खराब हो गई ही ट्रक भी बंद पिया है पर यार एडवेंचर पूरा जिहड़ा आपां एडवेंचर मंगदे सी ना ला लो कि डर भी लग रिहा ही पूरी फट रही ही सारा समान चक लिया होया चली थोड़ा मनाली घूमते हैं ब्रेकफास्ट करते हैं फिर चंडीगढ़ वाल ਸਾਨੂੰ ਚੰਡੀਗੜ੍ਹ ਪਹੁੰਚਦੇ ਪਹੁੰਚਦੇ ਹਾਲੇ 7-8 ਘੰਟੇ ਲੱਗ ਜਾਣੇ ਆ ਟਾਈਮ ਕਿੰਨਾ ਹੈ ਚੈੱਕ ਕਰੀ 8:30 1-1.5 ਘੰਟਾ ਸਾਨੂੰ ਇੱਥੇ ਬ੍ਰੇਕਫਾਸਟ ਕਰਨ 'ਤੇ ਲੱਗ ਜਾਣਾ ਵਾ ਅਤੇ ਚੰਡੀਗੜ੍ਹ ਪਹੁੰਚਦੇ ਪਹੁੰਚਦੇ ਸ਼ਾਇਦ ਸਾਨੂੰ 10-11 ਰਾਤ ਦੇ ਵੱਜ ਜਾਣ ਅਤੇ ਚਲੋ ਹੁਣ ਨਿਕਲੀਏ ਫਟਾਫਟ ਜਿਹੜਾ ਸਾਡੇ ਹੋਟਲ ਰਿਸੈਪਸ਼ਨ ਜਿਹੜਾ ਜਦੋਂ ਰਾਤੀ ਆਪਾਂ ਆਏ ਸੀ ਐਂ ਲੱਗਾ ਸੀ ਇਹ ਅਸਲੀ ਦੂਰੋਂ ਆਏ ਹਾਂ ਆ ਦੇਖਿਓ ਐਂ ਲੱਗਦਾ ਸੀ ਇਹ ਅਸਲੀ ਪਪੀ ਹੁੰਦੇ ਆ ਕਿੰਨੇ ਕਿਊਟ ਕਿਊਟ ਆ ਚਲੋ ਠੀਕ ਹੈ ਭਾਈ ਥੈਂਕ ਯੂ ਹੁਣ ਅਸਲੀ ਲੱਗਦੇ ਨੇ ਦੂਰੋਂ ਓਕੇ ਓਕੇ ਬ੍ਰਦਰ ਓਕੇ ਠੀਕ ਹੈ होटल तो चेकआउट कर लिया हो जी हूँ जाना सब तो पहले आप नाश्ता करने वास्ते स्कॉर्पियो तो आए हैं भाई हूँ जी जान खत्म है पूरे शरीर चो खाता नहीं कुछ खा के आए हैं इतने आ गए यार आ देखियो साड़ी थार पूरे समान है नक नक भरी है इस माहौल का पूरा जिम्मेवार साडा मनिंदर वीरा ਧੰਨ ਬਾਕੀ ਹੈ ਜੀ ਅਸੀਂ ਸਾਨੂੰ ਇਹ ਕੰਮ ਕਰਨ ਦਾ ਇੱਕ ਅਸ਼ੁਭ ਅਵਸਰ ਮਿਲਿਆ ਹੁਣ ਮਨਾਲੀ ਪਹੁੰਚੇ ਹਾਂ ਤੇ ਮਨਾਲੀ ਮਾਲ ਰੋਡ ਥੋੜ੍ਹਾ ਬਹੁਤ ਘੁੰਮਦੇ ਹਾਂ ਆਹ ਵਾਲਾ ਸੇਮ ਬੈਗ ਆਪਾਂ ਸਪੀਚਰ ਲਿਆ ਸੀ 1000 ਰੁਪੀਜ਼ ਦਾ ਅਤੇ ਮਨਾਲੀ ਦੇ ਵਿੱਚ ਮਿਲ ਰਿਹਾ ਜੀ ਇਹ 500 ਦਾ ਦੇਖ ਲਓ ਕਿੰਨਾ ਫਰਕ ਹੈ ਰੇਟ ਦਾ ਅੱਧੋ ਅੱਧਾ ਬਟ ਅਸੀਂ ਕੀ ਕਰ ਸਕਦੇ ਹਾਂ ਯਾਰ ਇੱਕ ਯਾਦ ਹੁੰਦੀ ਹੈ ਨਾ ਕਿ ਸਪੀਚ ਤੋਂ ਲਿਆ ਸੀ ਆ ਬੈਗ ਕੋਈ ਚੱਕਰ ਨਹੀਂ ਹੈ ਜਿਹੜਾ ਉਹ ਲੈ ਲਓ ਜਿਹਨਾਂ ਦੇ ਦੂਸਰਾ ਆ ਆਵਲਾ ਆ ਵਣਾ ਆ ਸਹੀ ਆ ਆ ਸੋਣਾ ਆ ਨਹੀਂ ਸੋਣਾ ਨਹੀਂ ਮੈਡੀਟੇਸ਼ਨ ਕੇ ਲਈ ਇਹ ਕੰਮ ਆਉਂਦਾ ਹੈ ਵੈਸੇ
ਆ ਜਿਹੜੇ ਨਾਲ ਇਹਦੇ ਖੰਭ ਲੱਗੇ ਹੋਏ ਆ ਕਿੰਨੇ ਸੋਹਣੇ ਲੱਗ ਰਹੇ ਆ ਕਲਰਫੁਲ ਪਿਛਲੇ ਅੱਧੇ ਘੰਟੇ ਤੋਂ ਸਾਡੇ ਬੰਦੇ ਇੱਥੇ ਸ਼ੋਪਿੰਗ ਕਰਨ ਲੱਗੇ ਹੋਏ ਆ ਇੱਕ ਦੁਕਾਨ ਮਿਲ ਗਈ ਆ ਸੋ ਪ੍ਰਾਈਜ਼ ਵੀ ਕਾਫੀ ਵਧੀਆ ਵਾ ਸਾਹਮਣੇ ਹੀ ਗੱਡੀ ਪਾ ਕੀਤੀ ਆਪਣੀ ਤੇ ਇੱਧਰ ਸਾਨੂੰ ਦੁਕਾਨ ਮਿਲ ਗਈ ਆ ਬੰਦੇ ਸਾਡੇ ਸਾਹਮਣੇ ਆ ਨਾ ਤਗੜੇ ਹਾਂ ਆਹ ਦੇਖ ਦੇਖ ਰਹੇ ਹੋ ਯਾਰ ਉਹ ਅਰਜਨ ਢਿੱਲੋਂ ਦੇ ਗਾਣੇ ਚ ਲੈਣੀ ਆ ਨਬਜ਼ਾਂ ਫੜ ਫੜ ਰੋਗ ਲੱਭ ਦੀਏ ਨਬਜ਼ਾਂ ਫੜ ਫੜ ਰੋਗ ਲੱਭ ਦੀਏ ਮੈਨੂੰ ਹੀਲਾ ਵਸੀਲਾ ਤੇ ਦੱਸੋ ਮੇਰਾ ਖੂਨ ਗਰਮ ਦਾ ਦਵਾਈ ਕਾ ਕਿਹੜੀ ਦਵਾਈ ਦੇਸੀ ਦਵਾਈ ਆਪਣੇ ਕੋਲ ਦਵਾਈ ਉਹ ਦਵਾਈ ਉਹ ਗਰਮੀ ਦੇ ਵਹਿ ਜਿਹੜੀ ਗੁੱਗੂ ਗਿੱਲ ਨੂੰ ਖਵਾਈ ਉਹ ਖਵਾਉਂ ਤੈਨੂੰ ਉਹ ਗੁੱਗੂ ਗਿੱਲ ਨੂੰ ਬਾਬਾ ਜੀ ਉਹ ਤੇ ਗੁੱਸੇ ਵਾਲਾ ਹੀ ਬੜਾ ਵਾ ਦਵਾਈ ਦਾ ਨਾ ਨਾ ਫਰਕ ਨਹੀਂ ਪਾਇਆ ਉਹਨੇ ਫਿਰ ਜਿਹੜਾ ਜੋਗਰਾਜ ਖਾ ਗਿਆ ਨੁਕਸਾ ਉਹ ਖਵਾਉਂਗਾ ਉਹਨੂੰ ਵੀ ਨਹੀਂ ਪਿਆ ਫਿਰ ਫਰਕ ਨਹੀਂ ਪਿਆ ਫਰਕ ਨਹੀਂ ਪਿਆ ਤੂੰ ਕਿ ਜਾ ਕੇ ਪੁੱਛ ਕੇ ਆਇਆ ਪ੍ਰਨੀਤ ਕੌਰ ਪਟਿਆਲੇ ਵਾਲੀ ਹੰਸਰਾਜ ਹੰਸਰਾਜ ਸੁਖਬੀਰ ਬਾਦਲ ਕਿੱਥੇ ਬਾਦਲ ਅੱਛਾ ਹੈ ਇਹ ਦੇਖ ਆ ਯੋਗਰਾਜ ਰਿਹਾ ਠੀਕ ਆ ਕਈ ਮੰਨਦੇ ਇਹ ਕਿਸ ਦਾ ਭਾਈ ਆ ਗਿਆ ਹੈ ਵਾਹ ਮੰਨ ਫਿਰ ਪੰਜਾਬ ਪੁਲਿਸ ਨੂੰ ਵੀ ਸਾਰੀ ਪੁਲਿਸ ਖਾ ਗਈ ਆਪਣੀ ਓਹੋ ਕੀ ਬਾਤ ਹੈ ਜੀ ਹੁਣ ਮਿਲਦੀ ਕੀ ਫੋਟੋ ਖਾਓ ਪਛਾਣੀ ਕਿਦਾਂ ਹੀ ਹੁਣ ਮਿਲਦੀ ਫੋਟੋ ਖਾਈ ਕਿਵੇਂ ਪਛਾਣੀ ਹੈ ਆਪਣੀ ਹੋਰ ਬਾਬੇ ਤੁਸੀਂ ਬਸ ਇੱਕ ਮਾਲਾ ਦੀ ਕਮੀ ਆ ਮਾਲਾ ਫੜੋ ਹੱਥ ਨਾਲ ਦੇ ਮਾਰੀ ਟੋਪੀ ਪਾ ਦੋ ਨਹੀਂ ਸੋਹਣੀ ਲੱਗਣ ਦੀ ਹਣਾ ਕੀ ਹੈ ਸੋਹਣੀ ਅਗਰੇ ਹਲੇ ਉੱਥੇ ਹੀ ਆ ਸਹੀ ਲੱਗਦੀ ਆ ਨਾ ਵਜਾ ਫੜ ਫੜ ਰੋਗ ਲੱਭਦੀ ਆ ਮਾਲ ਰੋਡ ਘੁੰਮ ਰਹੇ ਆ ਤੇ ਇੱਧਰ ਬਾਰਿਸ਼ ਵੀ ਸਟਾਰਟ ਹੋ ਗਈ ਆ ਮੈਂ ਸ਼ੋਰ ਦਿਖਾਉ ਨਹੀਂ ਨਹੀਂ ਸਰ ਲੈ ਲਿਆ ਦੋ ਆਪਾਂ ਨਾਈਫ ਲਈ ਆਣੀ ਜੀ ਕਾਰਡ ਨਾਈਫ ਇਹਦਾ ਫੋਲ ਵੀ ਹੋ ਜਾਂਦੀ ਆ ਹਾਂ ਅੱਛਾ ਲੱਗ ਗਿਆ ਹਾਂ ਲੋਗੋ ਹੀ ਦਾ ਨਾ ਚਲੋ ਸਾਹਮਣੇ ਖਾਈਏ ਮਨਾਲੀ ਮੋਮੋਸ ਆ ਜਾਓ ਫਿਰ ਭੱਜਿਓ ਚਲੋ ਚਲੋ ਟੂ ਥ੍ਰੀ ਗੋ ਅਰੇ ਕੁਛ ਨੀ ਹੋਤਾ ਐਸੇ ਵੀ ਮਿੱਤਰੋ ਇੱਧਰ ਆ ਗਏ ਜੀ ਆਪਣੇ ਗ੍ਰੇਵੀ ਵਾਲੇ ਮੋਮੋਸ ਆ ਜਾਓ ਨਹੀਂ ਖਾਣਦੇ ਇੱਧਰ ਅਸੀਂ ਖਾਣ ਲੱਗੇ ਜੀ 8-in-1 ਫਰੋਟੀ ਬਹੁਤ ਸਾਰੇ ਫਲੇਵਰ ਆ ਯਾਰਾ ਸੋਫਟੀ ਸੱਚੀ 'ਚ ਬੜੀ ਸਵਾਦ ਜੀ 8-in-1 ਮਨਾਲੀ ਆਓ ਤੇ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਇੱਧਰ ਜੇ ਹੁਣ ਮਨਾਲੀ ਸਾਰੀ ਮਾਰਕੀਟ 'ਤੇ ਘੁੰਮ ਲਈ ਹੈ ਜੀ ਮੋਲ ਰੋਡ ਵੀ ਖਾ ਪੀ ਵੀ ਲਿਆ ਵਾ ਸਾਹਮਣੇ ਵੀ ਅਤੇ ਹੋਟਲ 'ਚ ਸਾਡਾ ਸਿਲੰਡਰ ਰਹਿ ਗਿਆ ਸੀ ਕਿੱਥੇ ਟਾਈਮ ਸਿਰ ਯਾਦ ਆ ਗਿਆ ਹਾਂ ਪਿੱਛੇ ਪਿੱਛੇ ਬੜੇ ਟਾਈਮ 'ਤੇ ਯਾਦ ਆ ਗਿਆ ਨਹੀਂ ਤਾਂ ਇੱਥੇ ਰਹਿ ਜਾਣਾ ਸੀ ਹੈ ਵੀ ਬਗਾਨਾ ਸੀ ਧਿਆਨ ਨਾਲ
3 ਵਜ ਗਏ ਆ ਤੇ ਚੰਡੀਗੜ੍ਹ ਪਹੁੰਚਦੇ ਪਹੁੰਚਦੇ ਸਾਨੂੰ 11:30-12 ਵਜ ਜਾਣੇ ਆ पेंट बॉल खेडन वास्ते बट जो पेंट बॉल वाला एरिया वा बहुत छोटा यार आही एरिया बस इन्ना क मजा नहीं आना यार टाइम ही वेस्ट करांगे मजा नहीं आना यार चलो आओ यार चलो चलो नहीं यार फोटेर बलून हों राइड ला लेंगे पर मौसम खराब करके है नहीं है पर टाइम भी वेस्ट करा मजा नहीं होना बच्चा वाला वा सामने बने नहीं मजा नहीं चंडीगढ़ इतने है 262 किलोमीटर दूर देख लो बारिश कितनी ज़्यादा तेज हो गई है ड्राइव करने से इतनी ज़्यादा मुश्किल हो गई है जगह जगह लैंडस्लाइड हो गई है तो मौसम बहुत ज़्यादा खराब हो जाता है यार ऊपर देखो बाबे ये सारा बारिश का पानी है इस स्पीति च मौसम सानू बहुत ही वधिया मिलिया है ना कई जगह सानू ठंडा मौसम मिलिया कई जगह सानू धुप मिली जो गए ही आप चंडीगढ़ तो शिमला सोलन उदो भी बुरा हाल ही यार मीह का तो हम जो आ रहे हैं मनाली तो वापस हम पता नहीं है ट्रैफिक के कितनी देर तक फसे रहने गड्डिया चलिया तो है देखो डिगा 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 डिग गया हाँ पिछे डिगन दे देखो देखो यार इधरों डिगन दे चलो उधर कड्डो चल 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 पिछे इन्नी ज़्यादा लैंडस्लाइड होती है ना बड़ी मुश्किल बचा करके आए यार साढ़े सामने 2-3 पत्थर डिगे इधर आ फ्लाईओवर देखियो कि पहाड़ नू कट के सुंगा बना के उधर ही रस्ता बना रहे
ਬਾਕੀ ਯਾਰਾਂ ਦੀ ਵੇਟ ਕਰ ਰਹੇ ਹਾਂ ਅਸੀਂ ਖੜ ਕੇ ਆਉਂਦੇ ਆ ਤੇ ਫਿਰ ਆਪਾਂ ਅੱਗੇ ਚੱਲਦੇ ਹਾਂ ਪਹਾੜਾਂ 'ਚ ਤਾਂ ਇਹੋ ਜਿਹੇ ਮੌਸਮ 'ਚ ਕਦੇ ਆਉਣਾ ਨਹੀਂ ਚਾਹੀਦਾ ਇਹ ਤਾਂ ਰਿਸਕ ਆ ਸਾਨੂੰ ਪਿੱਛੇ ਸਪੀਤੀ ਇੰਨਾ ਕੁ ਵਧੀਆ ਮੌਸਮ ਮਿਲਣਾ ਥੋੜ੍ਹੀ ਥੋੜ੍ਹੀ ਠੰਡ ਸੀ ਥੋੜ੍ਹੀ ਥੋੜ੍ਹੀ ਗਰਮੀ ਸੀ ਇੰਨਾ ਵਧੀਆ ਮੌਸਮ ਸੀ ਇੱਥੇ ਆ ਕੇ ਇੱਕੋ ਦਮ ਮੌਸਮ ਚੇਂਜ ਹੋ ਗਿਆ ਡੀਜ਼ਲ ਡੀਜ਼ਲ 10 ਲੀਟਰ ਹੁਣ ਇੱਥੇ ਰੁਕੇ ਹਾਂ ਜੀ ਅਸੀਂ ਡੀਜ਼ਲ ਭਰਾਉਣ ਵਾਸਤੇ ਬਿਲਕੁਲ ਹੀ ਖਾਲੀ ਹੋ ਗਈ ਇੱਧਰ ਇੱਧਰ ਭਾਈ ਭਾਈ ਇਹ ਇੱਧਰ ਕਹਿਣੇ ਉਹ ਕੈਨੀ ਵਾਲਾ ਇਸਮੇਂ ਡਾਲਣਾ ਹੈ ਕੋਈ ਨਹੀਂ ਕੋਈ ਕੀ ਕਰ ਰਹੇ ਹੋ ਕੁਛ ਨਹੀਂ ਚੈੱਕ ਕਰ ਰਹੇ ਸੀ ਬਹੁਤ ਲੰਬਾ ਜਾਮ ਹੈ ਯਾਰ ਅੱਧਾ ਪੌਣਾ ਘੰਟਾ ਲੱਗ ਜਾਊਗਾ ਨਾ ਖੁੱਲ ਗਿਆ ਬਸ ਅੱਛਾ ਹੁਣ ਖੁੱਲ ਗਿਆ ਪਿੱਛੇ ਬਹੁਤ ਜ਼ਿਆਦਾ ਸੀ ਰਨਿੰਗ ਵਾਲਾ ਉਸੇ ਘੜਾਇਆ ਨਾ ਜਾ ਕੇ ਫੇਰ ਅੱਜ ਅੱਛਾ ਠੀਕ ਹੈ ਠੀਕ ਹੈ ਗੁੱਡ ਮਾਰਨਿੰਗ ਗਾਇਸ ਕੱਲ੍ਹ ਮਨਾਲੀ ਤੋਂ ਅਸੀਂ 3 ਵਜੇ ਨਿਕਲੇ ਹਾਂ ਅਤੇ ਰਾਤੀ ਚੰਡੀਗੜ੍ਹ 1 ਵਜੇ ਪਹੁੰਚੇ ਹਾਂ ਇਸ ਟਾਈਮ ਅਸੀਂ ਹੈਗੇ ਹਾਂ ਮਨੀ ਮਾਜਰੇ ਰਿੱਕੀ ਬਾਈ ਘਰੇ ਅਤੇ ਹੁਣ ਟਾਈਮ ਹੋ ਗਿਆ ਜੀ ਸਵੇਰ ਦੇ 11:30 ਹੁਣ ਸਭ ਤੋਂ ਪਹਿਲਾਂ ਜਾਣਾ ਜੀ ਆਪਾਂ ਆਪਣੀ ਬਲੀਨੋ ਚੱਕਣੀ ਹੈ ਜੇ ਭਾਈ ਦਾ ਆਫਿਸ ਤਾਂ ਉੱਥੋਂ ਬਲੀਨੋ ਚੱਕ ਕੇ ਅਤੇ ਫਿਰ ਆਪਾਂ ਥਾਰ ਵਾਪਸ ਕਰਕੇ ਆਉਣੀ ਆ ਚੰਡੀਗੜ੍ਹ 'ਚ ਆ ਕੇ ਯਾਰ ਹੋਏ ਹੋਏ ਬੁਰੇ ਹਾਲ ਹੋ ਗਏ ਜੀ ਗਰਮੀ ਇੰਨੀ ਕੁ ਜ਼ਿਆਦਾ ਜੀ ਬਾਹਰ ਓਕੇ ਵੀਰੇ ਓਕੇ ਫਿਰ ਮਿਲਦੇ ਠੀਕ ਹੈ ਓਕੇ ਜੀ ਓਕੇ ਓਕੇ ਰਿੱਕੀ ਵੀਰੇ ਓਕੇ ਓਕੇ ਟੇਕ ਕੇਅਰ ਯਾਰ ਠੀਕ ਹੈ ਚਲੋ ਚਲੋ ਠੀਕ ਹੈ ਅੰਮ੍ਰਿਤਸਰ ਚੰਗਾ ਜਦੋਂ ਵੀ ਆਇਆ ਫੋਨ ਕਰਨਾ ਠੀਕ ਹੈ ਮਹੀਨਾ ਕਿਤੇ ਨਹੀਂ ਹੈ ਆਜੋ ਮੇਰੇ ਕਿੰਨਾ ਬਿਆਸ ਤੋਂ ਬਿਆਸ ਤੋਂ ਅੱਧਾ ਘੰਟਾ ਲੱਗਦਾ ਅੰਮ੍ਰਿਤਸਰ ਤੁਸੀਂ ਬਸ ਅੰਮ੍ਰਿਤਸਰ ਦੀ ਉੱਤੇ ਆ ਗਏ ਅੰਮ੍ਰਿਤਸਰ ਗੇਟ ਲਾ ਕੇ ਫੋਨ ਕਰਨਾ ਬਸ ਲੱਗ ਗਈ 5-10 ਮਿੰਟ ਦਾ ਰਸਤਾ ਹੀ ਕੋਈ ਚੱਕਰ ਨਹੀਂ ਹੈ ਠੀਕ ਹੈ ਓਕੇ ਚਲੋ ਮਿਲਦੇ ਰਹੋ ਠੀਕ ਹੈ ਓਕੇ ਚਲੋ ਜੀ ਇੱਥੇ ਜਾ ਕੇ ਲੈਫਟ ਲੈ ਲਿਓ ਅੱਗੇ ਤੇ ਗੋਲ ਚੱਕਰ ਤੇ ਲੈਫਟ ਉਹਨਾਂ ਇਸ ਰੋਡ ਤੇ ਆਂਦੇ ਜਾਂਦੀ ਚੰਗਾ ਹੈ ਓਕੇ ਵੀਰੇ ਠੀਕ ਹੈ ਟੇਕ ਕੇਅਰ ਧਿਆਨ ਨਾਲ ਜਾਇਓ ਓਕੇ ਕੱਲ ਰਾਤੀ ਆਪਾਂ ਰਿੱਕੀ ਵੀਰੇ ਘਰ ਹੀ ਰਹਿ ਗਏ ਸੀ ਕਿਉਂਕਿ ਸਾਨੂੰ 1:30 ਵੱਜ ਗਏ ਸੀ ਰਾਤੀ ਚੰਡੀਗੜ੍ਹ ਪਹੁੰਚਦੇ ਆ ਤੇ ਮਨਿੰਦਰ ਵੀਰਾ ਸਵੇਰੇ ਆ ਕੇ ਮਿਲ ਗਿਆ ਸੀ ਉਹਨਾਂ ਨੂੰ ਕੰਮ ਹੀ ਜ਼ਰੂਰੀ ਤਾਂ ਕਰਕੇ ਚੱਲ ਗਏ ਤੇ ਬੱਦਲ ਵੀਰਾ ਵੀ ਆ ਗਿਆ ਬਾਕੀ ਯਾਰ ਅਮਨਿੰਦਰ ਵੀਰੇ ਹੁਣੀ ਰਿੱਕੀ ਵੀਰੇ ਹੁਣੀ ਬੱਗਾ ਵੀਰਾ ਤੇ ਆਸ਼ੂ ਵੀਰਾ ਇਹਨਾਂ ਕਰਕੇ ਯਾਰ ਸਾਡੀ ਟ੍ਰਿਪ ਬਹੁਤ ਜ਼ਿਆਦਾ ਵਧੀਆ ਹੋ ਗਈ ਸੋਰੀ ਭਈਆ ਠੀਕ ਆ ਬਾਕੀ ਆਹ ਚੰਡੀਗੜ੍ਹ ਵਾਲੇ ਭਾਈਆਂ ਕਰਕੇ ਸਾਡੀ ਟ੍ਰਿਪ ਬਹੁਤ ਜ਼ਿਆਦਾ ਵਧੀਆ ਹੋ ਗਈ ਯਾਰ ਅਸੀਂ 3 ਹੁੰਦੇ ਵਧੀਆ ਹੋਣੀ ਸੀ ਟ੍ਰਿਪ ਇਹਨਾਂ ਬਾਈਆਂ ਕਰਕੇ ਸਾਡੀ ਟ੍ਰਿਪ ਬਹੁਤ ਜ਼ਿਆਦਾ ਵਧੀਆ ਹੋ ਗਈ ਹੁਣ ਫਟਾਫਟ ਚੱਲੀਏ ਆਪਣੀ ਬਲੀਨੋ ਚੱਕੀਏ ਅਤੇ ਥਾਰ ਵਾਪਸ ਕਰੀਏ ਗੁੱਡ ਮਾਰਨਿੰਗ ਜੀ ਇੰਨਾ ਐਡਵੈਂਚਰ ਕਰਕੇ ਇੰਨਾ ਮਜ਼ਾ ਆਇਆ ਤੁਹਾਨੂੰ ਕਿਹਾ ਸੀ ਯਾਰ ਸਾਨੂੰ ਤਾਂ 4 ਬੰਦੇ ਇੱਥੇ ਚੰਡੀਗੜ੍ਹ ਤੋਂ ਬਾਈ ਮਿਲ ਗਏ ਮਤਲਬ ਸਾਡਾ ਸਾਥ ਹੋ ਗਿਆ 7 ਜਣਾ ਟੋਟਲ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਨਾਨੀ ਚੱਲਣਾ ਘਰ ਚੱਲ ਪੋ ਯਾਰ ਇੱਥੇ ਚੱਲ ਪੋ ਹੁਣ ਅੱਛਾ ਵੀ ਫੜ ਕੇ ਨਹੀਂ ਲਾਉਂਦੇ
ਚਲੋ ਠੀਕ ਹੈ ਚੰਗਾ ਤੇਲ ਪਵਾਇਆ ਅੱਜ ਮੈਂ ਵਧੀਆ ਗੱਲ ਹੈ ਚੱਲ ਰਾਜਸਥਾਨ ਬਣਿਆ ਅੰਦਰ ਹੋ ਗਿਆ ਅੱਛਾ ਓਏ ਚੰਡੀਗੜ੍ਹ 'ਚ ਬੜੀ ਗਰਮੀ ਹੈ ਯਾਰ ਕਿਹਨੇ ਦੇਖੀ ਇਹਦੀ ਉਹ ਖਰਾਬ ਹੋਈ ਸੀ ਅਰੇ ਬੁਰਾ ਹਾਲ ਹੋ ਗਿਆ ਯਾਰ ਸਕਿਨ ਦਾ ਯਾਰ ਇਹਦੀ ਸਕਿਨ ਇੱਕ ਮੇਰੇ ਮੈਂ ਨੂੰ ਕਹਾਂ ਸ਼ਾਮੇ ਰਿਹਾ ਮੇਰੀ ਯਾਰ ਮੇਰੇ ਹੋ ਜਾਂਦਾ ਵਾ ਸੰਬਰਨ ਹੋ ਜਾਂਦਾ ਭਾਈ ਧਿਆਨ ਰੱਖੀ ਦਾ ਹੁੰਦਾ ਵਾ ਥੋੜਾ ਜਿਹਾ ਆਹੋ ਆ ਦੇਖੀ ਆ ਆ ਵੇਖੋ ਤੁਹਾਨੂੰ ਹੁਣ ਰੁਕਾ ਕੇ अनलॉक कर दे बस चलो आओ यार ओए हर्षा लो जी कार आप वापस छड़ती हुई है तो यह कार आप रेंट की थी जी ओवो कैब्स तो ओवो कैब्स बेसिकली तुहानू सैल्फ ड्रिवन कार्स प्रोवाइड करवाउंदी इन्हां को काफ़ी तरह कार हैगी ने 4x4 हैगी थार हैगी फॉर्च्यूनर हैगी स्कॉर्पियो हैगी हैचबैक हैगी ने सेडान हैगी मतलब कि ऑलमोस्ट ला लो कि तुहानू सारियां गड्डियां इत्थे मिल जाणगियां ते दो तीन फॉर्मैलिटीज पूरियां करके तो तुसीं कोई भी कार ओवो कैब्स तो रेंट कर सकते हो सैल्फ ड्रिवन तुसीं इन्हां को कार लै जाओ चलाओ जिते मर्जी जिवें हुण साडे कोल यार बलीनो सी तो सानू थार चाहिए जिन्होंने भी कोई भी कार चाहिए होगी रेंट पर 4x4 हो जाए हैचबैक हो जाए सेडान हो जाए घूमने फिर जाना वा 6-7 दिन लई 10 दिन लई ओवो कैब्स तो तुसीं कोई भी कार रेंट कर सकते हो प्राइस भी काफ़ी अफोर्डेबल है तुसीं बाकी इन्हां नाल अपने कॉन्टैक्ट कर सकते हो सारी डिटेल सानू डिस्क्रिप्शन च इन्हां दी ऐप भी हैगी आ वैबसाइट भी हैगी आ फोन नंबर भी हैगे आ थार तां आपां इन्हां दी वापस कर दित्ती हुई है तो हुण चलीए आपां वापस अमृतसर वल नूं बहुत यार बड़ी गर्मी जी हुण रुकिया जी गड्डी च पेट्रोल भरवाउण वास्ते 7-8 दिन यार थार चलाई आ बलीनो चला के अजीब जिहा लगन दिया यार तो हुण वापस करन जा रहे हैं दिल तो बिल्कुल नहीं कर रहा यार क्योंकि रूटीन बन जाते हैं सवेरे उठो घूमो फिरो फिर सो बाकी वधिया रहा यार बाकी तुसीं कमेंट करके दस्सो स्पीति वाले ब्लॉग किदां दे सी ते अगली ट्रिप कित्थों दी करिए इदां दी एडवेंचर जगह करांगे अमृतसर पहुंच चुके जी हर्षकरण घर छड़ आया मैं हुण मैं अपने घर जा रहा वा बाकी ये ट्रिप ते काफी मजा आया यार इस ट्रिप ते चार नवे यार बने चंडीगढ़ वाले बाकी होप करते हैं कि तुहानू व्लॉग वधिया लगे होणगे स्पीति वाले जे किसी ने पुराने व्लॉग नहीं देखे जाके जरूर देखियो इस ट्रिप ते बहुत ज्यादा एडवेंचर होया फन भी किया मतलब कि घैंट ट्रिप रहा यार तो ये ट्रिप के सारे बजट का एक व्लॉग आऊगा सो स्टे ट्यून्ड मिलते तुहानू अगले व्लॉग च टिल देन बाय बाय टेक केयर रब रखा हुण रश करी दो तीन दिन यार